ਉਹ ਬੱਚਾ ਰਹਿੰਦਾ ਸੀ ਜੀ ਦੁਬਈ 'ਚ, ਬੱਚੇ ਦੀ ਦੁਬਈ 'ਚ ਡੈਥ ਹੋ ਗਈ ਆ। ਉਹ ਗਏ ਸੀਗੇ ਡਿਊਟੀ ਗਏ ਸੀਗੇ ਅਤੇ ਜਦੋਂ ਉਹਨਾਂ ਕਾਰਡ ਆਪਣਾ ਪੰਚ ਕੀਤਾ ਅਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ। ਭਗਵੰਤ ਮਾਨ ਸਾਹਿਬ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਜਿਹੜੀ ਲਾਸ਼ ਹੈ ਛੇਤੀ ਤੋਂ ਛੇਤੀ ਪਹੁੰਚਾਈ ਜਾਵੇ, ਸਾਡੀ ਮਦਦ ਕੀਤੀ ਜਾਵੇ। ਅੱਗੇ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਦੁਨੀਆ ਦੀ। ਸਰ ਜੀ, ਮੇਰੇ ਬ੍ਰਦਰ ਨੇ ਸਾਨੂੰ ਬੁੱਧਵਾਰ ਸ਼ੁੱਕਰਵਾਰ ਨੂੰ ਪਤਾ ਲੱਗਾ ਸੀਗਾ ਅਤੇ ਮੌਤ ਉਹਨਾਂ ਦੀ ਬੁੱਧਵਾਰ ਦੀ ਹੋ ਚੁੱਕੀ ਹੈ ਸੁਬਹਾ 6:30 ਵਜੇ ਦੀ। ਉਹ ਗਏ ਸੀਗੇ ਡਿਊਟੀ ਗਏ ਸੀਗੇ ਅਤੇ ਜਦੋਂ ਉਹਨਾਂ ਕਾਰਡ ਆਪਣਾ ਪੰਚ ਕੀਤਾ ਅਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ। ਅਤੇ ਫਿਰ ਉੱਥੋਂ ਅੰਬੈਸੀ ਵਾਲਿਆਂ ਫੋਨ ਕੀਤਾ ਇੱਥੇ ਗੁਰਦਾਸਪੁਰ DC ਨੂੰ, DC ਨੇ ਧਾਰੀਵਾਲ, ਧਾਰੀਵਾਲ ਫਿਰ ਉਹਨਾਂ ਸਰਪੰਚ ਨੂੰ ਕੀਤਾ, ਸਰਪੰਚ ਸਾਨੂੰ ਘਰ ਦੱਸ ਕੇ ਗਿਆ ਸ਼ੁੱਕਰਵਾਰ ਨੂੰ, ਸਾਨੂੰ ਸ਼ੁੱਕਰਵਾਰ ਨੂੰ ਪਤਾ ਲੱਗਾ ਜੀ। ਅਤੇ ਮੈਂ ਭਗਵੰਤ ਮਾਨ ਸਾਹਿਬ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਜਿਹੜੀ ਲਾਸ਼ ਹੈ ਛੇਤੀ ਤੋਂ ਛੇਤੀ ਪਹੁੰਚਾਈ ਜਾਵੇ, ਸਾਡੀ ਮਦਦ ਕੀਤੀ ਜਾਵੇ। ਅੱਗੇ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਦੁਨੀਆ ਦੀ। ਅਤੇ ਬਾਕੀ ਆ ਸਾਡਾ, ਸਾਡੀ ਭਾਬੀ ਆ ਵਿਚਾਰੀ, ਛੋਟੇ ਛੋਟੇ ਉਹਦੇ ਬੱਚੇ ਨੇ, ਅਤੇ ਇਹਨਾਂ ਦਾ ਕੁਛ ਸੋਚਿਆ ਜਾਵੇ, ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਨੌਕਰੀ ਦਿੱਤੀ ਜਾਵੇ ਜਾਂ ਕੋਈ ਪੈਸੇ ਨਾਲ ਹੈਲਪ ਕੀਤੀ ਜਾਵੇ। ਇਹ ਸਾਡਾ ਪਰਿਵਾਰ ਆ, ਇਹ ਸਾਡਾ ਬੱਚਾ ਸੀ, ਉਹ ਬੱਚਾ ਰਹਿੰਦਾ ਸੀ ਜੀ ਦੁਬਈ 'ਚ, ਬੱਚੇ ਦੀ ਦੁਬਈ 'ਚ ਡੈਥ ਹੋ ਗਈ ਆ। ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੀ ਛੇਤੀ ਤੋਂ ਛੇਤੀ ਲਾਸ਼ ਜਿਹੜੀ ਆ, ਡੈਡ ਬਾਡੀ ਜਿਹੜੀ ਆ, ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ, ਸਾਡੀ ਮਦਦ ਕੀਤੀ ਜਾਵੇ। ਦੂਸਰੀ ਗੱਲ ਇਹ ਆ ਜੀ, ਇਹਨਾਂ ਬੱਚਿਆਂ ਦੀ ਮਦਦ ਕੀਤੀ ਜਾਵੇ। ਬੱਚੇ ਗਰੀਬਣੀ ਵਿਚਾਰੀ ਕਿੱਥੋਂ ਪੜ੍ਹਾਊਗੀ, ਕੀ ਕਰੂਗੀ, ਨਾ ਪੈਲੀ ਨਾ ਬੰਨਾ, ਜਦੋਂ ਉਹਦੇ ਆਸਰੇ ਨਾਲ ਬੈਠੀ ਸੀ, ਇਹ ਡੀਕਾਂ ਕਰਦੀ ਸੀ ਕਿ ਮੇਰੇ ਘਰ ਪੈਸੇ ਆਉਣ ਅਤੇ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਘਰ ਦਾ ਸਰਕਲ ਤੋਰਾਂ, ਰਸੋਈ ਤੋਰਾਂ, ਇਹਨਾਂ ਦਾ ਤਾਂ ਸਾਰਾ ਕੰਮ ਡੈਡ ਹੋ ਗਿਆ। ਸਰਕਾਰ ਕੋਲ ਬੇਨਤੀ ਕਰਨੇ ਆ ਵੀ ਜਿੰਨੀ ਵੀ ਮਤ ਹੋਵੇ NRI ਵੀਰਾਂ ਕੋਲ ਮਤ ਕਰਨੇ ਮੰਗਦੇ ਹਾਂ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ। ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ, ਅਸੀਂ ਉਹਨਾਂ ਗਾੜੀ ਵੀ ਅਰਦਾਸ ਬੇਨਤੀ ਕਰਨੇ ਹਾਂ ਵੀ ਭਰਾ, ਇਹ ਗਰੀਬਣੀ ਦੀ ਮਦਦ ਕੀਤੀ ਜਾਵੇ। ਜਗਰੂਪ ਕੋ ਮੈਂ ਬੇਨਤੀ ਕਰਨਾ, ਜਗਰੂਪ ਭਾਅ ਜੀ, ਇਹ ਬਹੁਤ ਗਰੀਬ ਪਰਿਵਾਰ ਆ, ਤੁਸੀਂ ਵੱਧ ਤੋਂ ਵੱਧ ਮਦਦ ਕਰਿਓ। ਪਰਮਜੀਤ ਸਿੰਘ ਉਹਨਾਂ ਦਾ ਨਾਂ ਸੀ, ਪਰਮਜੀਤ ਸਿੰਘ ਉਹਦਾ ਨਾਂ ਸੀ। 29 ਤਰੀਕ 'ਤੇ ਨਿਕਲ ਆਇਆ, ਬੜਾ ਖੁਸ਼ ਹੋ ਕੇ ਗਿਆ ਵਾ ਘਰੋਂ। ਮੁੜ ਕੇ 30 ਤੇ ਵੀ ਮੈਨੂੰ ਫੋਨ ਕੀਤਾ, 31 ਤੇ ਵੀ ਕੀਤਾ, 1 ਤੇ ਵੀ ਕੀਤਾ, 2 ਤੇ ਵੀ ਕੀਤਾ, 3 ਤੇ ਮੁੱਕ ਗਿਆ। 30 'ਤੇ ਸ਼ਾਮਾਂ ਨੂੰ ਅਟੈਕ ਆਉਂਦੇ ਸਿਰ ਦਾ ਹੋ ਗਿਆ, ਮੈਨੂੰ ਦੱਸਿਆ ਨਹੀਂ ਇਹਨਾਂ ਨੇ, ਉੱਦਣ ਦਾ ਹੀ ਅਟੈਕ ਹੋ ਗਿਆ 3 ਤਰੀਕ ਦਾ ਹੀ। ਮੈਂ ਬਹੁਤ ਗਰੀਬਣੀ ਹੋ ਗਈ, ਮੇਰੇ ਨਾਲ ਗਰੀਬ ਬਿਮਾਰ ਬੜੀ ਹੋ ਗਈ, ਮੈਂ ਕੀ ਕਰ ਸਕਦੀ ਹੁਣ, ਬੱਚਿਆਂ ਨੂੰ ਕਿੱਦਾਂ ਪੜ੍ਹਾਊ। ਮੇਰੇ ਬੱਚੇ 3 ਵਾ 2 ਬੇਟੀਆਂ 1 ਬੇਟਾ, ਬੇਟੀ ਦਾ ਹੁਣ ਸ਼ਾਦੀ ਕੀਤੀ ਹੈ, ਜੇ ਉਹ ਵੀ ₹10 ਲੱਖ ਸਿਰ ਚੜਿਆ, ਅਜੇ ਤਾਂ 10 ਦਿਨ ਵੀ ਨਹੀਂ ਹੋਏ ਗਏ ਨੂੰ, ਮੇਰੇ ਕਿੰਨੇ ਲਾਉਣੇ ਆ ਉਹ ਵੀ ਪੈਸੇ। ਬੇਟਾ 1 ਪੜਦਾ ਪੋਰਤਖਲਾ ਚ ਪੜਦਾ ਵਾ, ਬੇਟੀ ਪੜਦੀ ਛੋਟੀ ਆ, 17 ਸਾਲਾਂ ਦੀ ਆ, ਇਹ 11ਵੀਂ ਚ ਕਲਾਸ ਚ ਪੜਦੀ ਆ।